ਰੇਡੀਓ ਹਾਂਜੀ 1674 ਇਸ ਵਕਤ ਤੁਸੀਂ ਦੇਖ ਰਹੇ ਹੋ ਮੈਲਬਨ ਤੋਂ ਦਿਸ ਇਜ਼ ਯੂਅਰ ਆਪਣਾ ਆਰਸ਼ੇ ਪੁਨੀਤ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਲਾਮ ਅਰਦਾਸ ਕਰਦੇ ਹਾਂ। ਤੁਹਾਡਾ ਦਿਨ ਚੰਗਾ ਗੁਜ਼ਰਿਆ ਹੋਏਗਾ ਇੰਡੀਆ ਦੇ ਵਿੱਚ, ਕਿਉਂਕਿ ਮੈਲਬਨ ਦੇ ਵਿੱਚ ਇਸ ਵਕਤ 11 ਵੱਜ ਚੁੱਕੇ ਨੇ ਰਾਤ ਦੇ ਅਤੇ ਅਸੀਂ ਪ੍ਰੀਮੀਅਰ ਦੇਖ ਕੇ ਨਿਕਲ ਚੁੱਕੇ ਹਾਂ ਡਾਕਾ ਫਿਲਮ ਦਾ, ਜਿਹੜੀ ਗਿੱਪੀ ਗਰੇਵਾਲ ਦੀ ਫਿਲਮ ਹੈ। 1 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਅਤੇ ਲਾਈਵ ਆਪਾਂ ਸਾਰਿਆਂ ਕੋਲ ਰਿਵਿਊ ਲਵਾਂਗੇ ਕਿ ਫਿਲਮ ਸਭ ਨੂੰ ਕਿਵੇਂ ਦੀ ਲੱਗੀ। ਜੀ ਅੰਕਲ ਜੀ, ਕਿੱਦਾਂ ਲੱਗੀ ਤੁਹਾਨੂੰ ਡਾਕਾ? ਡਾਕਾ ਪਿਕਚਰ ਜਿਹੜਾ ਟਾਈਟਲ ਹੈ, ਟਾਈਟਲ ਦੇ ਹਿਸਾਬ ਨਾਲ ਬਹੁਤ ਅੱਛੀ ਮਨੋਰੰਜਨ ਹੈ। ਐਂਡ ਇਸ ਦੀ ਸਕ੍ਰਿਪਟ ਨੇ ਬੰਦ ਕੇ ਰੱਖਿਆ ਹੋਇਆ ਸੀ ਰਾਣਾ ਰਣਬੀਰ, ਗਿੱਪੀ ਗਰੇਵਾਲ ਅਤੇ ਇੱਕ ਅਦਾਕਾਰ ਜਿਹੜਾ ਮੈਨੂੰ ਬਹੁਤ ਅੱਛਾ ਜੱਚਿਆ ਉਹ ਇੰਸਪੈਕਟਰ ਦੇ ਰੋਲ ਵਿੱਚ, ਹਾਂਜੀ ਮੁਕੁਲਦੇਵ। ਮੁਕੁਲਦੇਵ, ਯੈਸ ਯੈਸ ਯੈਸ, ਮੁਕੁਲਦੇਵ ਨੇ ਬਹੁਤ ਅੱਛਾ ਰੋਲ ਨਿਭਾਇਆ ਆਪਣਾ। ਸਭ ਨੇ ਬੜਾ ਵਧੀਆ ਐਕਟਿੰਗ ਕੀਤੀ। ਇੱਕ ਇੱਕ ਬੰਦੇ ਨੇ, ਇੱਕ ਇੱਕ ਕਲਾਕਾਰ ਨੇ ਬੰਦ ਕੇ ਰੱਖਿਆ ਹੋਇਆ ਸੀ। ਸੋ ਮੇਰੀ ਦਰਖਾਸਤ ਹੈ ਕਿ ਜ਼ਰੂਰ ਅਤੇ ਜ਼ਰੂਰ ਡਾਕਾ ਪਿਕਚਰ ਨੂੰ ਦੇਖਣਾ, ਸਾਨੂੰ ਮੌਕਾ ਮਿਲਿਆ ਸਕਰੀਨਿੰਗ ਦੇਖਣ ਦਾ ਅਤੇ ਤੁਸੀਂ ਸਾਰੇ ਮਿਲ ਕੇ ਦੇਖਣਾ ਪਿਕਚਰ। ਬਿਲਕੁਲ ਜੀ, ਡਾਕਾ ਪਾਓ ਥੀਏਟਰਸ ਦੇ ਉੱਤੇ ਅਤੇ ਟਿਕਟਾਂ ਬੁੱਕ ਕਰੋ ਅਤੇ ਫਿਲਮ ਜ਼ਰੂਰ ਜ਼ਰੂਰ ਦੇਖੋ। ਅਤੇ ਬਾਕੀ ਆਪਾਂ ਬਾਕੀ ਸਭ ਦੇ ਕੋਲੋਂ ਵੀ ਪੁੱਛਦੇ ਹਾਂ ਕਿ ਫਿਲਮ ਕਿਵੇਂ ਦੀ ਲੱਗੀ ਡਾਕਾ। ਹਾਂਜੀ ਜੀ, ਕਿਵੇਂ ਦੀ ਲੱਗੀ ਫਿਲਮ ਡਾਕਾ? ਵਧੀਆ ਲੱਗੀ। ਵੈਸੇ ਵੀ ਗਿੱਪੀ ਦੀਆਂ ਸਾਰੀਆਂ ਮੂਵੀਆਂ ਬਹੁਤ ਵਧੀਆ ਹੁੰਦੀਆਂ ਨੇ, ਬਟ ਇਹਦਾ ਕੁਝ ਜ਼ਿਆਦਾ ਵਧੀਆ ਸੀ। ਬਿਲਕੁਲ ਜੀ, ਜਿਵੇਂ ਕਿ ਪਹਿਲਾਂ ਅੰਕਲ ਜੀ ਵੀ ਕਹਿ ਗਏ ਕਿ ਓਬਸ ਮੈਨੂੰ ਵੀ ਬਹੁਤ ਲੱਗਾ ਕਿ ਡਾਇਲੋਗਸ ਬਹੁਤ ਅੱਛੇ ਸੀ, ਐਂਟਰਟੇਨਿੰਗ ਸੀ, ਫਨੀ ਵੀ ਸੀ ਅਤੇ ਇਮੋਸ਼ਨਲ ਵੀ ਹੈ ਫਿਲਮ ਅਤੇ ਨਾਲ ਦੀ ਨਾਲ ਗਾਣੇ ਰੋਮੈਂਟਿਕ ਵੀ ਬਹੁਤ ਹੈ। ਕੀ ਹੋਰ ਕੀ ਖਾਸੀਅਤਾਂ ਲੱਗੀਆਂ ਫਿਲਮ ਦੀਆਂ? ਦਿਖਾਇਆ ਕਿ ਮਜਬੂਰੀ 'ਚ ਇਨਸਾਨ ਕੁਛ ਵੀ ਕਰ ਸਕਦਾ, ਚੋਰੀ ਵੀ ਕਰ ਸਕਦਾ ਹੈ, ਮਜਬੂਰੀ ਇਨਸਾਨ ਤੋਂ ਕੁਛ ਵੀ ਕਰਵਾ ਦਿੰਦੀਆਂ ਨੇ, ਬਟ ਇਟਸ ਟਰੂ ਸੀ। ਜਿਵੇਂ ਕਿ ਕਹਿੰਦੇ ਕਲਾਈਮੈਕਸ ਹੈਪੀ ਹੈਪੀ ਐਂਡਿੰਗ, ਇਹ ਦੱਸਾਂਗੇ ਲੇਕਿਨ ਫਿਲਮ ਦੇਖ ਕੇ ਜ਼ਰੂਰ ਦੱਸਿਓ। ਥੈਂਕ ਯੂ, ਥੈਂਕ ਯੂ ਜੀ। ਹਾਂਜੀ ਭਾਜੀ, ਆਓ ਜੀ, ਕਿੱਦਾਂ ਲੱਗੀ ਤੁਹਾਨੂੰ ਡਾਕਾ? ਪ੍ਰੀਮੀਅਰ ਤੇ ਆਏ ਹੋ, ਕਿੱਦਾਂ ਦਾ ਫੀਲ ਹੋ ਰਿਹਾ? ਮਤਲਬ ਵਧੀਆ ਲੱਗਾ, ਟਾਈਮ ਤੁਹਾਡਾ ਵਧੀਆ ਗੁਜ਼ਰਿਆ? ਨਹੀਂ ਬਿਲਕੁਲ, ਬਹੁਤ ਸੋਹਣੀ ਮੂਵੀ ਦੀ ਸਪੈਸ਼ਲੀ ਸਟੋਰੀ, ਸਕਰੀਨ ਪਲੇ ਅਤੇ ਜਿਹੜੀ ਡਾਇਰੈਕਸ਼ਨ ਸੀ ਬਾ ਕਮਾਲ ਹੈ ਜੀ। ਸਾਰੇ ਐਕਟਰਾਂ ਦੀ, ਗਿੱਪੀ ਗਰੇਵਾਲ, ਬਾਈ ਰਾਣਾ ਰਣਬੀਰ ਅਤੇ ਹੋਰ ਸਾਰੇ ਜਿੰਨੇ ਵੀ ਐਕਟਰ ਇਨਵੋਲਵ ਨੇ, ਸਾਰਿਆਂ ਦੀ ਐਕਟਿੰਗ ਬਹੁਤ ਕਮਾਲ ਹੈ ਜੀ। ਖਾਸ ਤੌਰ 'ਤੇ ਜਿਹੜੀ ਹਿਸਾਬ ਨਾਲ ਸਟੋਰੀ ਬੁਣੀ ਗਈ ਆ, ਉਹ ਦਰਸ਼ਕਾਂ ਨੂੰ ਐਂਡ ਤੱਕਰ ਮਤਲਬ ਇਹ ਲੱਗ ਰਿਹਾ ਸੀ ਵੀ ਹੁਣ ਆਹ ਹੋਊਗਾ, ਪਰ ਉਹ ਨਹੀਂ ਹੋ ਰਿਹਾ ਸੀ। ਸਸਪੈਂਸ, ਥ੍ਰਿਲ ਅਤੇ ਕਮੇਡੀ, ਐਵਰੀਥਿੰਗ ਮਿਕਸ, ਫੁੱਲ ਬਟਾ ਫੁੱਲ, 10/10 ਹੈ ਜੀ। ਬਿਲਕੁਲ ਜੀ, ਦੱਸ ਦਈਏ ਕਿ ਜਿਵੇਂ ਭਾਜੀ ਨੇ ਕਿਹਾ, ਬਿਲਕੁਲ ਜੀ ਇੱਦਾਂ ਦੀ ਹੀ ਫਿਲਮ ਆ, ਸਟੋਰੀ ਬਹੁਤ ਹੀ ਵਧੀਆ, ਉਸ ਤੋਂ ਬਾਅਦ ਉਹਦਾ ਜਿਹੜਾ ਟ੍ਰੀਟਮੈਂਟ ਆ ਬਹੁਤ ਹੀ ਜ਼ਿਆਦਾ ਕਮਾਲ ਆ, ਸਕਰੀਨ ਪਲੇ ਬਹੁਤ ਵਧੀਆ ਹੈ, ਬਲਜੀਤ ਸਿੰਘ ਦਿਓ ਦੀ ਵੀ ਤਾਰੀਫ ਕਰਨ ਦੀ ਮੰਨਦੀ ਹੈ ਕਿਉਂਕਿ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ, ਕਿਉਂਕਿ ਬਹੁਤ ਜਦੋਂ ਵੱਡੀ ਫਿਲਮ ਹੋ ਜਾਂਦੀ ਹੈ ਤਾਂ ਲੱਗਦਾ ਕਿ ਸਮੇਟ ਕਿਵੇਂ ਪਾਉਣਗੇ, ਲੇਕਿਨ ਬਹੁਤ ਅੱਛੇ ਤਰੀਕੇ ਨਾਲ ਸਮੇਟੀ ਆ। ਕਲਾਈਮੈਕਸ ਬਹੁਤ ਹੀ ਵਧੀਆ, ਬਹੁਤ ਜ਼ਿਆਦਾ ਮਨੋਰੰਜਕ ਭਰਪੂਰ ਹੈ ਭਾਜੀ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਅਤੇ ਹਾਂਜੀ ਭਾਜੀ, ਤੁਹਾਨੂੰ ਦੇਖ ਕੇ ਆਏ ਹੋ ਡਾਕਾ ਦਾ ਪ੍ਰੀਮੀਅਰ, ਕਿੱਦਾਂ ਲੱਗੀ ਡਾਕਾ? ਬਹੁਤ ਵਧੀਆ ਜੀ, ਬਹੁਤ ਵਧੀਆ ਪਰਫੋਰਮ ਕੀਤਾ ਗਿੱਪੀ ਭਾਜੀ ਨੇ, ਅਤੇ ਸੌਂਗਸ ਵੀ ਵਧੀਆ ਹੈਗੇ ਨੇ, ਅਤੇ ਸਸਪੈਂਸ ਵੀ ਸੀਗਾ, ਓਵਰਆਲ ਗੁੱਡ ਗੁੱਡ ਮੂਵੀ। ਹਾਂਜੀ, ਅਤੇ ਕਿੱਦਾਂ ਲੱਗੀ ਐਕਟਿੰਗ, ਕਿਵੇਂ ਦੀ ਲੱਗੀ ਐਕਟਿੰਗ? ਗਿੱਪੀ, ਰਾਣਾ ਰਣਵੀਰ ਮੇਨ ਖਾਸ ਭੂਮਿਕਾ ਦੇ ਵਿੱਚ ਨੇ ਅਤੇ ਨਾਲ ਦੀ ਨਾਲ ਮੁਕੁਲ ਦੇਵ ਨੇ ਅਤੇ ਹੌਬੀ ਧਾਲੀਵਾਲ। ਹਾਂਜੀ, ਰਾਣਾ ਰਣਵੀਰ ਜੀ ਉਹ ਤੁਹਾਨੂੰ ਪਤਾ ਹੀ ਆ, ਆਪਣੇ ਆਪ ਦੇ ਵਿੱਚ ਇੱਕ ਆਪਾਂ ਉਹਨਾਂ ਨੂੰ ਵਧੀਆ ਪਰਸਨੈਲਿਟੀ ਕਹਿੰਦੇ ਹਾਂ। ਐਂਡ ਮੈਂ ਤੁਹਾਨੂੰ ਪਹਿਲਾਂ ਕਿਹਾ ਤਾ ਕਿ ਮੈਂ ਮੂਵੀ ਨੂੰ ਗੁੱਡ ਕਿਹਾ, 5/5 ਸਟਾਰ। ਹਾਂਜੀ ਹਾਂਜੀ, ਕਿਆ ਬਾਤ ਹੈ ਜੀ, ਬਹੁਤ ਹੀ ਵਧੀਆ ਫਿਲਮ ਹੈ ਜੀ ਜਿਹੜੀ ਚੱਲ ਰਹੀ ਹੈ। ਬਾਕੀ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਫਿਲਮ ਦੇਖ ਕੇ ਬਾਹਰ ਆ ਰਹੇ ਹਾਂ ਉਹਨਾਂ ਕੋਲੋਂ ਵੀ ਪੁੱਛਦੇ ਹਾਂ ਕਿ ਫਿਲਮ ਕਿਵੇਂ ਦੀ ਲੱਗੀ। ਹਾਂਜੀ 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 ਹਾਂਜੀ, ਅਤੇ ਚੱਲਦੇ ਹਾਂ ਜੀ ਅੱਗੇ। ਹਾਂਜੀ ਭਾਅ ਜੀ, ਫਿਲਮ ਕਿਵੇਂ ਦੀ ਲੱਗੀ ਜੀ ਤੁਹਾਨੂੰ? ਹਾਂਜੀ ਡਾਕਾ ਬਹੁਤ ਵਧੀਆ ਲੱਗੀ ਹੈ ਭਾਅ ਜੀ, ਮੂਵੀ ਬਹੁਤ ਸੋਹਣੀ ਮੂਵੀ ਹੈ, ਹੈ ਨਾ। ਇੱਕ ਐਕਸ਼ਨਸ, ਲਵ ਦਾ ਹੈ ਨਾ ਬਹੁਤ ਵਧੀਆ ਮਿਕਸਚਰ ਉਹਨਾਂ ਨੇ ਕੀਤਾ, ਅਤੇ ਇੱਕ ਵੱਖਰਾ ਕੰਸੈਪਟ ਲੈ ਕੇ ਆਏ ਨੇ ਹੈ ਨਾ ਆਪਣੇ ਭਾਜੀ। ਅਤੇ ਬਾਕੀ ਇਹ ਹੈ ਕਿ ਛੋਟੇ ਬਜਟ ਨਾਲ ਵੀ ਉਹਨਾਂ ਨੇ ਬਹੁਤ ਵਧੀਆ ਕੀਤਾ ਨਾ, ਇੱਕ ਪੁਰਾਣੇ ਪੁਰਾਣੇ ਕਲਚਰ ਨੂੰ ਦਿਖਾ ਕੇ ਜੋ ਉਹਨਾਂ ਨੇ ਕੀਤਾ, ਬਹੁਤ ਵਧੀਆ ਮੂਵੀ ਆ ਜੀ। ਬਾਕੀ ਇਹ ਹੈ ਕਿ ਸਾਰਿਆਂ ਨੂੰ ਦੇਖਣ ਆਉਣਾ ਚਾਹੀਦਾ ਮੂਵੀ ਨੂੰ, ਹੈ ਨਾ ਜੀ, ਅਤੇ ਪੂਰੀ ਫੈਮਿਲੀ ਦੇ ਨਾਲ। ਬਿਲਕੁਲ ਜੀ, ਦੱਸ ਦਈਏ ਕਿ 1 ਤਰੀਕ ਨੂੰ ਰਿਲੀਜ਼ ਹੋ ਰਹੀ ਆ ਵਰਲਡ ਵਾਈਡ, ਲੇਕਿਨ ਅੱਜ ਮੈਲਬਨ ਦੇ ਵਿੱਚ ਪ੍ਰੀਮੀਅਰ ਸੀ। ਇੱਕ ਭਾਜੀ ਨੇ ਨਵੀਂ ਗੱਲ ਕੀਤੀ ਜਿਹੜੀ ਬਾਕੀ ਕਿਸ ਨੇ ਕੀਤੀ, ਐਕਸ਼ਨ। ਬਿਲਕੁਲ ਜੀ, ਸਸਪੈਂਸ ਦੀ ਆਪਾਂ ਗੱਲ ਕਰ ਚੁੱਕੇ ਹਾਂ, ਸਕਰੀਨ ਪਲੇ ਦੀ ਕਰ ਚੁੱਕੇ ਹਾਂ, ਐਕਟਿੰਗ ਦੀ ਕਰ ਚੁੱਕੇ ਹਾਂ, ਲੇਕਿਨ ਐਕਸ਼ਨ ਬਹੁਤ ਹੀ ਵਧੀਆ ਆ, ਸਟੰਟਸ ਬਹੁਤ ਹੀ ਵਧੀਆ ਨੇ। ਗਿੱਪੀ ਗਰੇਵਾਲ ਜਦੋਂ ਛਾਲਾਂ ਮਾਰਦੇ ਨੇ, ਚੇਸ ਸੀਨ ਹੈ ਫਿਲਮ ਦੇ ਵਿੱਚ, ਮੈਨੂੰ ਬਹੁਤ ਵਧੀਆ ਲੱਗਾ ਜਦੋਂ ਪੁਲਿਸ, ਉਹ ਨਹੀਂ ਮੈਂ ਦੱਸੂੰਗਾ ਨਹੀਂ, ਲੇਕਿਨ ਜ਼ਰੂਰ ਤੁਸੀਂ ਜਾ ਕੇ ਦੇਖ ਕੇ ਆਓ। ਲੇਕਿਨ ਬਹੁਤ ਹੀ ਵਧੀਆ ਚੇਸ ਸੀਨ ਜਿੰਨੇ ਵੀ ਨੇ, ਅਤੇ ਉਸ ਤੋਂ ਬਾਅਦ ਜਿੰਨੇ ਵੀ ਸਟੰਟਸ ਨੇ ਫਿਲਮ ਦੇ ਵਿੱਚ, ਐਕਸ਼ਨ ਬਹੁਤ ਹੀ ਕਮਾਲ ਆ। ਥੈਂਕ ਯੂ ਭਾਜੀ। ਅਤੇ ਹੋਰ ਵੀ ਜਿਨ੍ਹਾਂ ਨੇ ਫਿਲਮ ਦੇਖੀ ਆ ਉਹਨਾਂ ਕੋਲੋਂ ਵੀ ਪੁੱਛਦੇ ਹਾਂ ਕਿ ਫਿਲਮ ਕਿਵੇਂ ਲੱਗੀ। ਹਾਂਜੀ ਭਾਜੀ, ਕਿਵੇਂ ਲੱਗੀ ਤੁਹਾਨੂੰ ਡਾਕਾ ਗਿੱਪੀ ਗਰੇਵਾਲ ਦੀ? ਬਹੁਤ ਵਧੀਆ ਮੂਵੀ ਹੈ ਵੀਰੇ, ਡਿਫਰੈਂਟ ਜਿਹਾ ਕਨਸੈਪਟ ਆ, ਅਤੇ ਪੁੱਛੋ ਕੀ ਪੁੱਛਦੇ ਆ। ਹਾਂਜੀ, ਇਹੀ ਪੁੱਛਦੇ ਕਿ ਐਕਟਿੰਗ ਕਿੰਨੇ ਨੰਬਰ ਦਿੰਦੇ ਹੋ ਪਹਿਲਾਂ 5 ਵਿੱਚੋਂ, 5 out of ਕਿੰਨੇ ਸਟਾਰਸ ਦੇਣਾ? 5, ਹਾਂਜੀ। ਕਿਉਂ ਦਿੰਦੇ ਹੋ ਇਹ ਵੀ ਦੱਸ ਦਿਓ, ਕਿਉਂ ਦਿੰਦੇ ਹੋ? ਐਕਟਿੰਗ, ਸਕਰੀਨ ਪਲੇ, ਸਟੋਰੀ, ਡਾਇਰੈਕਸ਼ਨ? ਹਾਂਜੀ, ਐਵਰੀਥਿੰਗ ਇਜ਼ ਗੁੱਡ, ਡਿਫਰੈਂਟ ਕਨਸੈਪਟ ਆ ਜੀ, ਅਤੇ ਐਕਟਿੰਗ ਵੀ ਵਧੀਆ ਹੈ, ਮਤਲਬ ਐਂਟਰਟੇਨ, ਪੂਰਾ ਇੰਜੋਏ ਕੀਤਾ ਫਿਲਮ ਨੂੰ। ਹਾਂਜੀ ਭਾਅ ਜੀ, ਤੁਹਾਨੂੰ ਕਿਵੇਂ ਲੱਗੀ? ਫੁੱਲ
ਸਾਰੇ ਦੋ ਦਿਨ ਬਾਅਦ ਫਿਲਮ ਰਿਲੀਜ਼ ਹੋ ਰਹੀ ਹੈ, ਸਾਰੇ ਆਪਣੀ ਫੈਮਿਲੀ ਨਾਲ ਜਾ ਕੇ ਜ਼ਰੂਰ ਦੇਖਿਓ। ਬਿਲਕੁਲ ਜੀ, ਜਿਵੇਂ ਕਿ ਸਭ ਨੂੰ ਪਤਾ ਹੈ ਕਿ 1 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਫਿਲਮ, 1 ਨਵੰਬਰ 2019 ਨੂੰ, 1/11/2019 ਨੂੰ, ਅਤੇ ਅੱਜ ਪ੍ਰੀਮੀਅਰ ਸੀ। ਦੇਖ ਚੁੱਕੇ ਹਾਂ ਬਹੁਤ ਸਾਰੇ ਲੋਕ ਇੱਥੇ, ਬਹੁਤ ਸਾਰੇ ਮੀਡੀਆ ਨੂੰ ਰਿਵਿਊਜ਼ ਦੇ ਰਹੇ ਨੇ, ਅਤੇ ਤੁਸੀਂ ਵੀ ਜ਼ਰੂਰ ਦੇਖ ਕੇ ਆਇਓ 1 ਤਰੀਕ ਨੂੰ ਡਾਕਾ। ਗਿੱਪੀ ਗਰੇਵਾਲ ਦੀ ਨਾਲ ਜ਼ਰੀਨ ਖਾਨ ਨੇ, ਜੱਟ ਜੇਮਸ ਬੌਂਡ ਤੋਂ ਬਾਅਦ ਉਹ ਨਾਲ ਆਏ ਨੇ ਪੰਜਾਬੀ ਸਿਨੇਮਾ ਦੇ ਵਿੱਚ, ਦੁਬਾਰਾ ਉਹਨਾਂ ਨੇ ਐਂਟਰੀ ਕੀਤੀ ਆ ਗਿੱਪੀ ਗਰੇਵਾਲ ਦੇ ਨਾਲ ਹੀ। ਅਤੇ ਫਿਲਮ ਬਹੁਤ ਹੀ ਪਿਆਰੀ ਆ, ਐਕਟਿੰਗ ਵਾਈਜ਼, ਡਾਇਰੈਕਸ਼ਨ ਵਾਈਜ਼, ਸਕਰੀਨ ਪਲੇ ਅਤੇ ਕਲਾਈਮੈਕਸ ਟੂ ਗੁੱਡ। Thumbs up to Dhaka. ਜ਼ਰੂਰ ਦੇਖਣ ਜਾਇਓ 1 ਤਰੀਕ ਨੂੰ। ਦਿਸ ਇਜ਼ ਯੂਅਰ ਆਪਣਾ ਆਰਜੇ ਬੁਨੀਤ, ਨਾਓ ਸਾਈਨਿੰਗ ਆਫ। ਸੁਣਦੇ ਰਹੋ ਅਤੇ ਦੇਖਦੇ ਰਹੋ ਰੇਡੀਓ, ਹਾਂਜੀ 1674 AM।